ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਪਹੁੰਚੇ ਹਾਂ ਪਿੰਡ ਮਾਣਾ ਤਹਿਸੀਲ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਨਿਸ਼ਾਨ ਬਾਈ ਦੇ ਘਰ ਆਏ ਹਾਂ ਦੋਸਤੋ। ਪਸ਼ੂ ਵਪਾਰ ਦਾ ਕੰਮ ਆ, ਵਿਕਰੀ ਵਾਲੇ ਪਸ਼ੂ ਇਸ ਘਰ ਆਉਂਦੇ ਰਹਿੰਦੇ ਆ, ਅਤੇ ਜਿਹੜਾ ਕੋਈ ਗੱਭਣ ਪਸ਼ੂ ਵੀਰ ਲੈ ਕੇ ਜਾਂਦਾ, ਆਪਣੀ ਬੇਨਤੀ ਹੁੰਦੀ ਆ ਵੀ ਬਿਲਕੁਲ ਚਾਰੇ ਥਾਣਾਂ ਦਾ ਚੈੱਕ ਪਾਸ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ। ਜਿਹੜਾ ਪਸ਼ੂ ਸੋਇਆ ਸਵਾਇਆ ਦੋ ਟਾਈਮ ਚੋਲੋ, ਤਿੰਨ ਟਾਈਮ ਚੋਲੋ। ਤਿੰਨ ਪਸ਼ੂ ਆ, ਤਿੰਨੇ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਹੈ ਸਾਰੇ ਵੀਰਾਂ ਨੂੰ ਮਿਲ ਸਕੇ। ਤਰੀਕ ਅੱਜ 1 ਅਪ੍ਰੈਲ ਆ, ਸਮਾਂ ਕੋਈ ਸ਼ਾਮ ਦੇ 5:30-6 ਵਜੇ ਦਾ। ਆਓ ਲੈਂਦੇ ਹਾਂ ਵਧੇਰੇ ਡਿਟੇਲ। ਸਭ ਤੋਂ ਪਹਿਲਾਂ ਭਾਈ ਨਿਸ਼ਾਨ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਕੀ ਹਾਲ ਜੀ? ਬਹੁਤ ਵਧੀਆ, ਠੀਕ ਠਾਕ ਜੀ। ਹਾਂਜੀ, ਵਧੀਆ ਜੀ, ਵਧੀਆ। ਅੱਛਾ ਨਿਸ਼ਾਨ ਭਾਈ, ਅੱਜ ਪਸ਼ੂ 3 ਪਕਾਊਆ, 3 ਬੈੜਾ ਸੂਈਆਂ ਨੇ? 3 ਸੂਈਆਂ ਵੀਰ ਜੀ, 3 ਸੂਈਆਂ। ਅੱਛਾ ਜੀ, ਇਹ ਅੱਜ 12 ਕਿਲੋ ਦੁੱਧ ਲੱਗਦੇ, 20 ਕਿਲੋ ਤੱਕ ਹੈਗੀਆਂ ਆਪਣੇ ਦੋ ਬੈੜਾ ਵੀਰੇ। ਠੀਕ ਹੈ। ਹਾਂਜੀ ਠੀਕ ਹੈ। ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਬੈੜ ਤੋਂ ਕਰ ਲਈਏ, ਜਿਹੜੀ ਆ ਜਰਸੀ ਕ੍ਰੋਸ ਅੰਗ ਦੇ ਵਿੱਚ। ਜਰਸੀ ਕ੍ਰੋਸ ਅੰਗ ਦੇ ਵਿੱਚ ਸੰਧੂ ਸਾਹਿਬ। ਅੱਛਾ ਜੀ, ਇਹ ਥੱਲੇ ਦੁੱਧ ਇਸ ਟਾਈਮ ਚੱਲਦਾ ਕੋਈ 13-14 ਕਿਲੋ। ਠੀਕ ਹੈ ਜੀ। 12 ਕਿਲੋਆਂ ਦੀ ਆਪਣੀ 11 ਦੀ ਗਰੰਟੀ ਹੋਊਗੀ। ਠੀਕ ਹੈ। ਸੂਈ ਨੂੰ ਕਿੰਨੇ ਦਿਨ ਹੋ ਗਿਆ? ਸੂਈ ਨੂੰ ਵੀਰ ਜੀ ਅੱਜ ਤੋਂ ਦਿਨ 10-12। 10-12 ਦਿਨ? ਹਾਂਜੀ। ਬੱਚਾ ਮਗਰ ਦੇ? ਬੱਚਾ ਵੀਰੇ ਦੇ ਵਿੱਚ। ਬੱਚਾ ਮਗਰ? ਹਾਂਜੀ। ਆਹ ਦੋਸਤੋ, ਮਗਰ ਬੱਚਾ ਦਸਾਂ 12 ਕੁ ਦਿਨਾਂ ਦੀ ਸੂਈ ਹੈ। 11 ਕਿਲੋ ਦੁੱਧ ਇਸ ਬੈੜ ਦੇ ਥੱਲੇ ਹਾਜ਼ਰ। ਪਹਿਲਾ ਸੂਆ ਸੂਈ ਹੈ, ਠੀਕ ਹੈ। ਹਾਂਜੀ, ਦੁੱਧ 12, ਦੁੱਧ 13 ਕਿਲੋ ਹੀ ਹੋਊਗਾ ਸੰਧੂ ਸਾਹਿਬ। ਅੱਛਾ, ਆਪਣੀ ਗਾਰੰਟੀ ਹੋਊਗੀ 11 ਕਿਲੋ, ਕਿਸੇ ਦੇ ਸਫ਼ਰ ਦੇ ਵਿੱਚ 1-2 ਕਿਲੋ ਘਟਾ ਜਾਂਦੀਆਂ ਸੰਧੂ ਸਾਹਿਬ, ਬਿਲਕੁਲ। ਠੀਕ ਹੈ ਜੀ, ਬਤੋ ਬਦੀ। ਠੀਕ ਹੈ, ਠੀਕ। ਹਾਂਜੀ, ਲਓ ਦੋਸਤੋ, ਵੈਸੇ 11 ਕਿਲੋ ਆ ਦੁੱਧ, 11 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰੇ, ਠੀਕ ਹੈ। ਅਤੇ ਮਗਰ ਬੱਚਾ ਲਿਆਓ, ਖੋਲ੍ਹ ਕੇ ਦਿਖਾਈਏ ਜੀ। ਸੋ ਕੱਦ ਜਿਹੜਾ ਦੋਸਤੋ ਮੀਡੀਅਮ ਅੰਗ ਦੇ ਵਿੱਚ ਆ, ਤਿੰਨੇ ਜਿਹੜੇ ਪਸ਼ੂ ਦਿਖਾਵਾਂਗੇ, ਤਿੰਨੇ ਮੀਡੀਅਮ ਹਾਈਟ ਕੱਦ ਦੇ ਵਿੱਚ ਆ। ਅਤੇ ਮਗਰ ਬੱਚਾ, ਠੀਕ ਹੈ ਜੀ, 11 ਕਿਲੋ ਦੁੱਧ। ਆਪ ਖਾਇਓ ਮੂੰਹ ਮੱਥਾ ਇੱਧਰ ਆ। ਠੀਕ ਹੈ ਜੀ, ਤੋਰ ਲਈਏ। ਬਾਕੀ ਚੋਣ ਚਾਣ ਚੰਗੀ ਹੈ ਜੀ? ਹਾਂਜੀ ਜੀ, ਧਾਰਾਂ ਧੂਰਾਂ ਬਿਲਕੁਲ ਬਰਾਬਰ? ਹਾਂਜੀ ਜੀ, ਧਾਰਾਂ ਬਰਾਬਰ ਹੈ ਜੀ। ਆਹ ਬੱਚਾ ਮਗਰ ਦਿਖਾ ਦਿੰਦੇ ਆ, ਆਹ ਤੁਸੀਂ ਦੇਖੋ ਜੀ, ਆਹ ਬੱਚਾ ਪਹਿਲੇ ਸੂਏ ਸੂਈ ਵਿੱਚ ਵੀ ਅਨੁਸਾਰ ਪਹਿਲੇ ਸੂਏ। ਠੀਕ ਹੈ ਜੀ, ਪਹਿਲਣ ਬੱਚੀ ਆ ਜੀ, ਪਹਿਲਾ ਸੂਆ ਸੂਈ, ਠੀਕ ਹੈ। ਠੀਕ ਹੈ, ਨਿਸ਼ਾਨ ਦਾ ਕੀ ਕਰਦਾ ਮੁੱਲ? ਇਹਦਾ ਮੁੱਲ ਆਪਾਂ ਕਰਦੇ ਹਾਂ 44,000 ਰੁਪਇਆ। 44,000? ਹਾਂ ਨਾ, ਦੇ ਦਾਂਗੇ 40,000 ਦੀ। 40,000 ਦੀ? ਹਾਂਜੀ, ਯੈਸਨੋ ਜਿਹੜੀ? ਹਾਂਜੀ, ਯੈਸਨੋ। ਠੀਕ ਹੈ ਜੀ, ਤਾਂ ਦੱਸੋ 40,000 ਦੀ ਜਿਹੜੀ, ਹਾਂ ਨਾ, ਉਹ 40,000 ਦੀ ਆ ਅਤੇ ਮੁੱਲ 44,000 ਆ। ਬੈੜ ਤੁਸੀਂ ਵੇਖ ਲਈਏ, ਠੀਕ ਹੈ ਜੀ। 11-12 ਕੋਈ ਘਰੇ ਵੀਰ ਚਾਹੁੰਦਾ ਤਾਂ 12 ਕਿਲੋ ਜਿਹੜਾ ਦੋਸਤੋ ਤੁਸੀਂ ਚੋ ਕੇ ਤਸੱਲੀ ਕਰ ਲਿਓ, ਠੀਕ ਹੈ। ਔਨਲਾਈਨ ਕੋਈ ਵੀਰ ਮੰਗਾਉਂਦਾ ਤਾਂ 11 ਕਿਲੋ ਦੀ ਤਸੱਲੀ ਦੇ ਵੀਰਾਂ ਦਾ ਵੀ ਘਲਾ ਦਾਂਗੇ, ਠੀਕ ਹੈ। ਇਹ ਬੈੜ ਆ, ਬਾਕੀ ਕੋਈ ਵੀਰ ਇੱਥੇ ਆਵੇ ਆਪਦੀ 1-2 ਟਾਈਮ ਚੋ ਕੇ ਤਸੱਲੀ ਕਰ ਲਏ, ਠੀਕ ਹੈ। ਲੈ ਵੀ ਅੱਗੇ ਸੈਕਿੰਡ ਨੰਬਰ 'ਤੇ ਜਿਹੜੀ ਆਪਣੇ ਕੋਲ ਆਹ ਬੈੜ ਆ, ਇਹ ਕਿਨਮਾ ਸੂਆ ਸੂਈ ਹੈ? ਇਹ ਜੀ ਤੀਜਾ ਸੂਆ। ਤੀਜਾ? ਹਾਂਜੀ। ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ? ਇਹਨੂੰ ਸਮਾਂ ਲਗਭਗ ਹੋ ਗਏ ਹੁਣ ਕੋਈ 8 ਦਿਨ। 8 ਦਿਨ ਹੋ ਗਏ? ਹਾਂਜੀ। ਬੱਚਾ ਤੇ ਮਾਰਦੀ ਆ? ਬੱਚਾ ਜੀ ਇਹਦੇ ਪਿੱਛੇ ਵੀ। ਅੱਛਾ, ਹਾਂਜੀ। 8 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਹੋਣਾ? ਦੁੱਧ ਇਹ ਥੱਲੇ ਜੀ 14 ਕਿਲੋ। 14? ਹਾਂਜੀ। ਲਓ ਜੀ, 14 ਕਿਲੋ ਦੋਸਤੋ ਦੁੱਧ ਦਾ ਤੀਜਾ ਸੂਆ ਦੱਸਿਆ ਨਾ? ਹਾਂਜੀ, ਤੀਜਾ ਸੂਆ ਜੀ ਸੰਧੂ ਸਾਹਿਬ। ਜਰਸੀ ਆ, ਠੀਕ ਆ, ਜਰਸੀ ਬਰੀਡ ਵਿੱਚ ਆ। ਸੋ 14 ਕਿਲੋ ਦੋਸਤੋ ਇਹਦੇ ਥੱਲੇ ਦੁੱਧ, ਮਗਰ ਇਹਦੇ ਵੀ ਬੱਚਾ। ਹਾਂਜੀ, ਬੱਚਾ ਜੀ, ਬੱਚਾ। ਤੇ ਚੋਣ ਚਾਣ ਇਹ ਕਿਵੇਂ ਬਾਈ? ਚੋਣ 1 ਨੰਬਰ ਜੀ, ਮੋਗੇ ਵਾਲੀ ਧਾਰ ਆ ਦੀ। ਠੀਕ ਹੈ, ਹਾਂਜੀ। ਲਓ ਦੋਸਤੋ, ਬਾਕੀ ਥੋੜੀ ਥੋੜੀ ਚਵਾਈ ਜਿਹੜੀ ਆਪਾਂ ਵਿੱਚ ਤੁਹਾਨੂੰ ਦਿਖਾ ਦਾਂਗੇ ਸਾਰੇ ਪਸ਼ੂਆਂ ਦੀ, ਤਿੰਨੇ ਬੈੜਾਂ ਦੀ ਚਵਾਈ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ, ਠੀਕ ਹੈ। ਸੋ ਆਹ ਥਣ ਦੇ ਵਾ, ਇੱਕ ਵਾਰੀ ਥੋੜ੍ਹਾ ਨੇੜਿਓਂ ਦਿਖਾ ਦਈਏ ਤੁਹਾਨੂੰ।
ਤੇ 14 ਕਿਲੋ ਨਿਸ਼ਾਨ ਪੱਕਾ ਨੈੱਟ ਦੁੱਧ ਜਿਹੜਾ 14 ਕਿਲੋ 14 ਕਿਲੋ ਦੁੱਧ ਹੋਊਗਾ ਵੀਰ ਜੀ, ਜੇ ਕਿਸੇ ਨੇ ਆਪਣੀ ਗਰੰਟੀ ਤੇ ਖੜਨੀ 12 ਕਿਲੋਆਂ ਦੀ ਗਰੰਟੀ ਤੇ ਆਪਾਂ ਗਾਂ ਘੱਲ ਦਾਂਗੇ। ਅੱਛਾ ਜੀ, ਹਾਂਜੀ ਵੀਰ ਜੀ, 12 ਕਿਲੋ ਤੋਂ ਘੱਟਦਾ ਤੇ ਨਹੀਂ ਕਿਤੇ? ਨਹੀਂ ਨਹੀਂ ਘਟੂਗਾ, ਨਹੀਂ ਘਟੂਗਾ, ਬਾਕੀ ਕੋਈ ਸਫ਼ਰ ਚ ਉਨੀਕੀ ਹੋ ਜਾਏ ਆਪਾਂ ਕਹਿ ਨਹੀਂ ਸਕਦੇ ਸੰਧੂ ਸਾਹਿਬ। ਇੱਥੇ ਕੋਈ ਆ ਕੇ ਚੋਲੇ 12 ਕਿਲੋ ਜਿਹਨੇ ਚੋਣਾ ਵੀਰ ਜੀ, ਇੱਥੇ 14 ਕਿਲੋ ਚਾਹੂਗੀ। ਠੀਕ ਹੈ ਜੀ, ਹਾਂਜੀ ਲਿਆਓ ਭਰਾ ਖੋਲ ਕੇ ਦਿਖਾ ਦਈਏ। ਸੂਆ ਤੀਜਾ ਦੋਸਤੋ, 8-9 ਦਿਨਾਂ ਦਾ ਇਹ ਐਨੀਮਲ ਸੋਇਆ, ਇਹ ਪਸ਼ੂ ਸੋਇਆ, 8 ਦਿਨਾਂ ਦੀ ਸੂਈ ਆ। ਠੀਕ ਹੈ, ਮਗਰ ਬੱਚਾ ਦੋਸਤ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਦੇ ਹਾਂ, 14 ਕਿਲੋ ਦੁੱਧ ਹੈ। ਠੀਕ ਹੈ, ਮੁੱਲ ਕੀ ਕਰਦੇ ਬਈ ਨਿਸ਼ਾਨੇ ਦਾ? ਇਹਦਾ ਮੁੱਲ ਸੰਧੂ ਸਾਹਿਬ 45,000 ਰੁਪਇਆ ਜੀ। ਅੱਛਾ ਜੀ, 45,000 ਲੈ ਦੇ ਕੀ ਆ? ਦੇ ਦਾਂਗੇ 42,000 ਦੀ ਬੱਚੀ। 42,000 ਦੀ, ਹਾਂਜੀ ਠੀਕ ਹੈ ਜੀ। ਆ ਦੋਸਤੋ 42,000 ਦੀ ਇਹ ਹਾਂ ਨਾ ਜਿਹੜੀ ਮਿਲ ਜੂਗੀ। ਕੋਈ ਨਹੀਂ, ਹੋਰ ਕਰਾਂਗੇ ਛੋਟ ਛਾਪਾ, ਕੋਈ ਮਾਣ ਕਰ ਦਾਂਗੇ, ਕੋਈ ਨਹੀਂ। ਠੀਕ ਹੈ ਜੀ, ਹੋਰ ਵਿੱਚੋਂ ਛੋਟ ਛਾਪਾ ਹੋ ਜੂਗਾ, ਮਾਣ ਤਾਂ ਹੋਰ ਹੋ ਜੂਗਾ 42,000 ਦੇ ਵਿੱਚੋਂ ਵੀ। ਸੋ ਕੋਈ ਵੀ ਰਾਵੇ ਆਪਦਾ ਬਿਲਕੁਲ ਵੇਖੇ ਦੇਖੇ। ਠੀਕ ਹੈ ਜੀ, ਸਿਲਸਿਲੇ ਬਿਲਕੁਲ ਖਰੀਦਣ ਦੇ ਸੰਬੰਧ ਵਿੱਚ ਤੁਸੀਂ ਆਵੋ, ਵੇਖੋ ਆਪਣੀ ਜੋਗੇ ਪਸਮਾ ਕੇ। ਠੀਕ ਹੈ, ਇਸ ਤੋਂ ਬਾਅਦ ਇੱਕ ਜਿਹੜੀ ਆਪਣੇ ਕੋਲ ਲਾਸਟ ਵਿੱਚ ਆਹ ਬੈਂਡ ਆ ਗਈ ਹੈ ਜੀ, ਇਹ ਸੰਧੂ ਸਾਹਿਬ ਸੂਈ ਨੂੰ ਕੋਈ ਹੋ ਗਿਆ 9 ਦਿਨ। ਅੱਛਾ ਜੀ, ਇਹ ਆਪਣੇ ਕੋਲ ਹੀ ਸੂਈ ਆ। ਅੱਛਾ, ਇਹਦੇ ਪਿੱਛੇ ਬੱਛਾ ਹੈ। ਦੁੱਧ ਇਸ ਟਾਈਮ ਜਿਹੜਾ ਚੱਲਦੀ ਹੈ 19-20 ਕਿਲੋ, 19-20 ਕਿਲੋ ਚੱਲੇ ਜਾਂਦੀ ਹੈ। ਅੱਛਾ ਜੀ, ਹਾਂਜੀ 19-20 ਕਿਲੋ ਹੁਣ ਹਾਜ਼ਰ ਆ। ਹਾਂਜੀ ਹਾਂਜੀ ਹਾਂਜੀ, ਕਿੰਨੇ ਕੁ ਦਿਨਾਂ ਦੀ ਸੂਈ ਆ ਇਹ ਵੀਰ ਜੀ? ਸੂਈ ਨੂੰ ਕੋਈ ਹੋ ਗਿਆ ਹੋਣੇ 8-9 ਦਿਨ, ਉਹ ਬੱਚਾ ਇਹਦੇ ਪਿੱਛੇ। ਇਹਦਾ ਮਾਰ ਬੱਚਾ ਹੀ ਹੈ? ਬੱਚਾ ਹੀ ਆ, ਬੱਚਾ, ਸਾਰੀਆਂ ਪਿੱਛੇ ਬੱਚਾ ਹੀ ਆ। ਸੂਏ ਕਿੰਨੇ? ਦੂਜੇ ਸੂਏ, ਦੂਜੇ ਸੂਏ, ਹਾਂ ਠੀਕ ਹੈ ਜੀ। ਲਓ ਜੀ, ਕੰਨੀਆਂ ਵਾਲੇ ਦੰਦ ਬਰਾਬਰ ਕਰਨ ਦੀ ਜਾਏ। ਠੀਕ ਹੈ ਜੀ, ਹਾਂਜੀ ਹਾਂਜੀ ਠੀਕ ਹੈ। ਤੇ ਸੂਈ ਨੂੰ ਕਿੰਨੇ ਦਿਨ ਦੱਸੇ? ਸੂਈ ਨੂੰ 8-9 ਦਿਨ। 8-9 ਦਿਨ, ਹਾਂਜੀ ਠੀਕ ਹੈ ਜੀ। ਲਓ ਵੀਰ ਨਿਸ਼ਾਨ ਖੋਲ ਕੇ ਤੋੜ ਕੇ, ਹੁਣ ਜਿਹੜਾ 16-17 ਕਿਲੋ ਦੇ ਕੇ 18 ਕਿਲੋ? ਨਹੀਂ ਵੀਰ ਜੀ, ਹੁਣ 19-20 ਕਿਲੋ ਤੇ। 19-20 ਕਿਲੋ, ਹਾਂਜੀ 19-20 ਕਿਲੋ ਚੱਲਦੀ ਹੁਣ ਇਸ ਵਕਤ। ਠੀਕ ਹੈ ਜੀ, ਆ ਬੱਚੇ ਤਾਂ ਲੈ ਜਾਈਏ ਮਾੜਾ ਜੀ। ਹਾਂਜੀ ਸਰ, ਠੀਕ ਹੈ ਜੀ। ਲਓ ਦੋਸਤੋ ਦੂਜਾ ਸੂਆ, ਠੀਕ ਹੈ ਜੀ, 19 ਕਿਲੋ ਤੇ ਹੁਣ ਜਿਹੜੀ ਚੱਲ ਰਹੀ ਆ ਵੀ 8 ਦਿਨਾਂ ਦੀ ਸੂਈ ਆ, ਕੋਈ ਹਫ਼ਤੇ ਦੀ 8 ਦਿਨਾਂ ਦੀ ਸੂਈ ਆ। ਬਾਕੀ ਹਾਈਟ ਕੱਦ ਮੀਡੀਅਮ ਦੇ ਵਿੱਚ, ਡੱਬੀ ਬੈਡ ਪ੍ਰਿੰਟ ਪ੍ਰੁੰਟ ਜਿਹੜਾ ਬਿਲਕੁਲ ਡੱਬੀ ਬੈਡ। ਠੀਕ ਹੈ, ਅਤੇ ਆਹ ਹਵਾਨਾ ਲੇਵਾ, ਇੱਕ ਵਾਰੀ ਥੋੜ੍ਹਾ ਜਿਹਾ ਤੁਹਾਨੂੰ ਨੇੜਿਓ ਦਿਖਾ ਦਿੰਦੇ ਆਪਾਂ। ਅੱਛਾ ਨਿਸ਼ਾਨ, ਬਾਕੀ ਚੋਣ ਜਾਣ ਅਗਲੇ ਪਿਛਲੇ ਥਣਾਂ ਦੀ ਪੂਰੀ ਚੋਣ ਵੀਰ ਜੀ? 1 ਨੰਬਰ ਆ ਚੋਣ, ਮੋਗੇ ਵਾਲੀ ਧਾਰ ਆ, ਪੋਲੀ ਪਾਲੀ ਬਹੁਤ ਆ। ਠੀਕ ਹੈ, ਹਾਂਜੀ
ਚੋਣ ਲਓ ਨਹੀਂ ਕੋਈ ਤੰਗੀ ਵੀਰ ਜੀ। ਹਾਂਜੀ ਮੈਂ ਦੋਸਤੋ ਚੋਣ ਚਾਣ ਇੱਕ ਨੰਬਰ ਆ, ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਆਣ ਕੇ ਆਪਦੀ ਤਸੱਲੀ ਕਰ ਸਕਦਾ, ਠੀਕ ਆ। 19 ਕਿਲੋ ਦੁੱਧ ਮਗਰ ਬੱਛਾ ਅਤੇ ਬਾਕੀ ਚਵਾਈ ਤੁਸੀਂ ਨਾਲ ਦੀ ਨਾਲ ਸਾਰੀ ਤਿੰਨਾਂ ਵੈਣਾਂ ਦੀ ਵੇਖ ਲਈ ਆ, ਠੀਕ ਆ ਜੀ। ਅਤੇ ਬਾਕੀ ਵੀਡੀਓ ਪੂਰੀ ਤਸੱਲੀ ਨਾਲ ਦੇਖ ਲਿਓ, ਅਤੇ ਚਵਾਈ ਜਿਹੜੀ ਆ ਬਿਲਕੁਲ ਇਹਨਾਂ ਤਿੰਨਾਂ ਵੈਣਾਂ ਦੀ ਆਪਾਂ ਵਿੱਚ ਵੀਡੀਓ 'ਤੇ ਕਰਕੇ ਦਿਖਾਤੀ ਹੈ। ਅਤੇ ਨਿਸ਼ਾਨ ਦਾ ਮੁੱਲ ਕੀ ਕਰਦੇ ਆ ਫਿਰ? ਮੁੱਲ ਇਹਦਾ ਸੰਧੂ ਸਾਹਿਬ 60 ਕਰਦੇ ਹਾਂ ਜੀ। ਦੇ ਦਾਂ ਕੋਈ ਨਹੀਂ, 56-57 ਦੀ ਵੈਟ ਦੇ ਦਾਂਗੇ। 56-57 ਦੀ, ਠੀਕ ਹੈ। ਲਓ ਜੀ 56,000 ਦੋਸਤੋ, ਚਾਹੇ 57 ਇੱਥੇ ਜਿਹੜਾ ਲੈਣ ਦੇਣ ਹੋਜੂਗਾ, ਅਤੇ ਡਿਮਾਂਡ 60,000 ਆ। ਬਾਕੀ ਇਹ ਵੈਣਾਂ 'ਚ 3 ਸੀਗੀਆਂ ਇਸ ਕਿੱਲੇ ਦੇ ਉੱਪਰ, ਠੀਕ ਹੈ ਜੀ। ਸੋ 3 ਵੈਣਾਂ ਸੂਈਆਂ ਨੇ, ਅਤੇ ਟਾਈਮ ਥੱਲੇ ਮਿਲਕ ਕੀ ਰੇਟ ਪੜਤਾ ਰਹਿਣ ਵਾਲਾ, ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਗਈ ਆ। ਸੋ ਵੀਡੀਓ ਵੇਖਣ ਤੋਂ ਬਾਅਦ ਦੋਸਤੋ ਕੋਈ ਵੀਰ ਇੱਥੇ ਆਣ ਕੇ ਆਪਦੀ ਤਸੱਲੀ ਕਰ ਸਕਦਾ। ਅਤੇ ਨਿਸ਼ਾਨ 3 ਪਸ਼ੂ ਸੀਗੇ? ਹਾਂਜੀ 3 ਪਸ਼ੂ ਅੱਜ ਆਪਣੇ। ਅਤੇ ਨੰਬਰ ਬੋਲ ਦਈਏ ਆਪਣੇ, 84-375-2006-9-86-6-0-35। ਠੀਕ ਹੈ। ਹਾਂਜੀ ਮਤਲਬ ਦੋਸਤੋ 3 ਪਸ਼ੂ ਸੀਗੇ, 3 ਵੈਣਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਹੈ। ਬਾਕੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।